ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਫੈਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧਮਾਕੇਦਾਰ ਵੀਡੀਓ ਲੈ ਕੇ ਆਏ ਹਾਂ 500 ਸੂਟਾਂ ਦੇ ਨਾਲ। ਇਹ 500 ਸੂਟ ਆਪਾਂ ਨੇ ਸਿਰਫ 2 ਘੰਟੇ 'ਚ ਸੇਲ ਕਰਨੇ ਆ। ਬਹੁਤ ਸੋਹਣੀ ਕਲੈਕਸ਼ਨ ਆ, ਸਭ ਨੂੰ ਪਸੰਦ ਆਉਣ ਵਾਲੇ ਰੰਗ ਪ੍ਰਿੰਟ ਨੇ ਅਤੇ ਸਟੱਫ ਬਹੁਤ ਜ਼ਿਆਦਾ ਫਾਈਨ ਆ। ਬੁਕਿੰਗ ਲਈ ਨੰਬਰ ਹੈਗਾ ਜੀ 8283-8283-81 ਨੰਬਰ ਆ। ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ, ਤੁਸੀਂ ਇਸ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਕਲੈਕਸ਼ਨ ਬਹੁਤ ਵਧੀਆ, ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ 1100 ਦਾ ਸੂਟ ਦੇਵਾਂਗੇ। ਫੁੱਲ ਬ੍ਰੈਂਡਿਡ ਸੂਟ ਰਹਿਣਗੇ, ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 3-3 ਸੂਟ ਮਿਲ ਜਾਣਗੇ ਜੀ। ਬਹੁਤ ਪਿਆਰੀ ਕਲੈਕਸ਼ਨ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਉ ਅੱਜ ਦੀ ਨੂੰ, ਤਾਂ ਜੋ ਹਰ ਕਿਸੇ ਨੂੰ, ਕਿਉਂਕਿ 500 ਸੂਟ ਆ, ਦੇਖਣ ਵਾਲੇ ਜ਼ਿਆਦਾ ਨੇ ਅਤੇ 500 ਮੈਂਬਰ ਜੇ ਅਗਰ ਲੈਂਦੇ ਨੇ ਤਾਂ ਬਹੁਤ ਵਧੀਆ। ਅਤੇ ਆਪਾਂ ਤੁਹਾਨੂੰ ਕਿਹਾ ਵੀ ਹੈ ਕਿ ਜਿਹੜੇ ਕਮੈਂਟ ਕਰਦੇ ਨੇ ਡੇਲੀ, ਮੰਥ ਦੇ ਅਖੀਰ ਦੇ ਵਿੱਚ ਆਪਾਂ ਉਹਨਾਂ ਲਈ ਇੱਕ ਲੱਕੀ ਕਮੈਂਟ ਵੀ ਕੱਢਿਆ ਕਰਾਂਗੇ। ਇਹ ਹੈਗਾ ਜੀ ਬਹੁਤ ਸੋਹਣਾ ਪਿਓਰ ਪਸ਼ਮੀਨੇ ਦਾ ਸੂਟ, ਸਟੱਫ ਬਹੁਤ ਜ਼ਿਆਦਾ ਫਾਈਨ ਆ, ਫ੍ਰੀ ਸ਼ਿਪਿੰਗ ਦੇ ਨਾਲ 1100 ਦਾ ਸੂਟ ਹੈ ਜੀ ਇਹ। ਅਤੇ ਪਸ਼ਮੀਨੇ ਦੀਆਂ ਸਲਵਾਰਾਂ ਨੇ, ਇਹਨਾਂ ਦੇ ਨਾਲ ਰਹਿਣਗੇ ਜੀ ਸ਼ਾਲ, ਇੱਦਾਂ ਬਹੁਤ ਪਿਆਰੇ ਪ੍ਰਿੰਟਡ ਲੰਮਾ ਚੌੜਾ ਜਿਹਾ ਸ਼ਾਲ ਰਹੇਗਾ। 1100 ਦੇ ਵਿੱਚ ਤੁਹਾਨੂੰ ਅੱਜ ਦੀ ਸਾਰੀ ਕਲੈਕਸ਼ਨ ਦੇ ਰਹੀ ਹਾਂ। ਕਲਰ ਆਪਸ਼ਨ ਦੇ ਦਾਂਗੇ ਜੀ, ਠੀਕ ਹੈ ਜੀ। ਕਲਰ ਆਪਸ਼ਨ ਦੇ ਲਓ, ਪੀਚ ਕਲਰ ਆ, ਪਿੰਕ ਕਲਰ ਆ, ਪਿਸਤਾ ਕਲਰ ਆ ਅਤੇ ਲੈਮਨ ਕਲਰ ਆ, ਠੀਕ ਹੈ ਜੀ। ਇੱਕ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ ਇਹ ਲਾਈਟ ਫਰੋਜ਼ੀ ਸ਼ੇਡ। ਇਹ ਸਾਰੇ ਕਲਰ ਨੇ ਜੀ, ਹੁਣ ਤੁਸੀਂ ਦੇਖ ਲਓ। ਇਹ ਜਿੱਦਾਂ ਇੱਕ ਸੈੱਟ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਤਾ, ਤਾਂ ਸੇਮ ਹੀ ਆਪਣੇ ਕੋਲ ਇਹ ਸੇਮ ਹੀ ਕਲਰਾਂ ਦੇ 3-3 ਸੈੱਟ ਨੇ। ਇਹ ਬਾਕੀ ਸੈੱਟ ਅਸੀਂ ਇਹ ਪੈਕ ਕਰਕੇ ਰੱਖੇ ਹੋਏ ਹਾਂ, ਠੀਕ ਆ। ਅਤੇ ਜਦੋਂ ਵੀ ਸਾਡੇ ਕੋਲ ਬੁਕਿੰਗ ਆਈ ਜਾਏਗੀ, ਅਸੀਂ ਸਾਰੇ ਸੂਟ ਇੱਦਾਂ ਕੱਢ ਕੱਢ ਕੇ ਦੇਈ ਜਾਵਾਂਗੇ। ਸਾਰੇ ਹੀ ਸੂਟਾਂ 'ਚ ਕੁਆਂਟਿਟੀ ਤੁਹਾਨੂੰ ਭਰਪੂਰ ਮਿਲ ਜਾਏਗੀ ਅਤੇ ਫ੍ਰੀ ਸ਼ਿਪਿੰਗ ਦੇ ਨਾਲ ਰਹਿਣਗੇ ਜੀ ਸੂਟ। ਹਰੇਕ ਏਜ ਵਾਸਤੇ ਸੂਟ ਨੇ ਅੱਜ ਦੇ, ਅਤੇ ਪ੍ਰਾਈਸ ਰਹੇਗਾ 1100। ਤੁਸੀਂ ਜਿੱਥੇ ਮਰਜ਼ੀ ਸੂਟ ਮੰਗਵਾ ਸਕਦੇ ਹੋ। ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸੂਟ, ਠੀਕ ਹੈ। ਇਹ ਹੈਗਾ ਇਹਦੇ ਨਾਲ ਸ਼ਿਪਿੰਗ ਫ੍ਰੀ ਸਿਰਫ ਇੰਡੀਆ ਦੇ ਵਿੱਚ ਹੈ ਜੀ। ਫਿਰ ਮੈਨੂੰ ਬਾਹਰੋਂ ਵੀ ਫੋਨ ਆਉਣ ਲੱਗ ਜਾਂਦੇ, ਸਾਨੂੰ ਵੀ ਫ੍ਰੀ ਸ਼ਿਪਿੰਗ ਕਰ ਦਿਓ ਜੀ। ਤੁਹਾਡਾ ਤਾਂ ਜੀ ਇੱਕ ਸੂਟ ਜੇ ਆਪਾਂ ਇੰਨਾ ਪਾਵਾਂਗੇ ਤਾਂ ਡਬਲ ਸ਼ਿਪਿੰਗ ਲੱਗ ਜਾਂਦੀ ਆ। ਅਤੇ ਇਹ ਹੈਗੇ ਨੇ ਕਲਰ ਆਪਸ਼ਨ, ਇਹਦੇ ਵਿੱਚ ਕੌਫੀ ਸ਼ੇਡ ਆ, ਗ੍ਰੀਨ ਜਿਹਾ ਸ਼ੇਡ ਆ, ਅਤੇ ਇੱਕ ਹੈਗਾ ਜੀ ਇਹ ਬਲੈਕ, ਅਤੇ ਇੱਕ ਹੈਗਾ ਇਹਦੇ ਵਿੱਚ ਪਰਪਲ। ਇਹ ਸਾਰੇ ਹੈਗੇ ਨੇ ਜੀ ਕਲਰ ਆਪਸ਼ਨ, ਅਤੇ ਕੁਛ ਇੱਦਾਂ ਦੀ ਲੁੱਕ ਆ ਜਾਏਗੀ ਬਣਨ ਤੋਂ ਬਾਅਦ। ਦੇਖੋ ਜੀ ਪ੍ਰਿੰਟ ਕਿੰਨਾ ਪਿਆਰਾ, ਬਹੁਤ ਸੋਹਣਾ ਪ੍ਰਿੰਟ ਆ। ਮੈਂ ਤੁਹਾਨੂੰ ਇੱਦਾਂ ਹੀ ਦਿਖਾ ਦਿੰਦੀ ਹਾਂ ਸਾਰੇ ਸੂਟ, ਕਿਉਂਕਿ ਕਾਫੀ ਸਾਰੇ ਸੂਟ ਨੇ, ਕਿੰਨੇ ਖੋਲ੍ਹਾਂਗੇ ਆਪਾਂ। ਇਹ ਸਾਰੇ ਸੇਮ ਡਿਜ਼ਾਈਨ ਦੇ ਰਹਿਣਗੇ, ਨੇਵੀ ਬਲੂ ਕਲਰ ਦੀ ਸਲਵਾਰ ਆ, ਅਤੇ ਸ਼ਾਲ ਦੀ ਫੋਟੋ ਵੈਸੇ ਤਾਂ ਤੁਹਾਨੂੰ ਪਿਕ ਦੇ ਵਿੱਚ ਦਿਖ ਜਾਏਗੀ। ਇੱਦਾਂ ਰਹਿਣਗੇ ਜੀ ਲੰਮੇ ਚੌੜੇ ਜੀ ਬਾਰਡਰ ਦੇ ਨਾਲ ਸ਼ਾਲ। ਕਲਰ ਆਪਸ਼ਨ ਦੇਖ ਲਓ ਇਹਦੇ ਵਿੱਚ, ਇਹ ਹੈਗਾ ਵਾਈਨ ਮੈਰੂਨ ਸ਼ੇਡ, ਅਤੇ ਇੱਕ ਹੈਗਾ ਜੀ ਬਲੈਕ ਕਲਰ, ਠੀਕ ਆ। ਅਤੇ ਇੱਕ ਤੁਹਾਨੂੰ ਇਹ ਗ੍ਰੀਨ ਸ਼ੇਡ ਮਿਲ ਜਾਏਗਾ, ਕੁਛ ਇੱਦਾਂ ਦੀ ਲੁੱਕ ਆ ਜਾਏਗੀ। ਅਤੇ ਇੱਕ ਹੈਗਾ ਇਹ ਕਲਰ ਸਿਮਲਰ ਜਿਹੇ ਹੀ ਆਈ ਜਾਣਗੇ, ਉਹੀ ਮੁੜ ਮੁੜ ਕੇ, ਕੋਈ ਕਿਸੇ ਇੱਕ ਦੇ ਸੈੱਟ ਦੇ ਕਲਰ ਚੇਂਜ ਹੋਣਗੇ, ਅਤੇ ਬਾਕੀ ਸਾਰੇ ਸਿਮਲਰ ਜਿਹੇ ਹੀ ਰਹਿਣਗੇ। ਇਹ ਸੈੱਟ ਦੇ ਕਲਰ ਬਿਲਕੁਲ ਨਵੇਂ ਜਿਹੇ ਮਿਲ ਜਾਣਗੇ ਤੁਹਾਨੂੰ, ਲਾਈਟ ਡਾਰਕ ਹਰ ਇੱਕ ਚਾਰਟ ਹੈ ਜੀ। ਇਹ ਰਹਿਣਗੇ ਕੰਟਰਾਸਟ ਸ਼ਾਲਾਂ ਦੇ ਨਾਲ। ਸ਼ਰਟ ਦਾ ਕਲਰ
ਅਤੇ ਸਲਵਾਰ ਦਾ ਲਾਈਟ ਰਹੇਗਾ, ਇੱਦਾਂ ਰਹਿਣਗੇ ਇਹਨਾਂ ਦੇ ਸ਼ਾਲ ਕੰਟਰਾਸਟ ਲੁੱਕ ਦੇ ਵਿੱਚ। ਠੀਕ ਹੈ ਜੀ, ਕਲਰ ਦੇਖ ਲਓ, ਕਲਰ ਕੰਟਰਾਸਟ ਬਹੁਤ ਸੋਹਣੇ ਸੋਹਣੇ ਆ। ਹਰੇਕ ਸੂਟ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਸੂਟ ਮਿਲ ਜਾਣਗੇ ਹਰ ਇੱਕ ਕਲਰ ਦੇ ਵਿੱਚ। ਇਹ ਹੈਗੇ ਜੀ ਕਲਰ ਆਪਸ਼ਨ, ਇਕੱਲੇ ਇਕੱਲੇ ਸੂਟ ਦੇ ਨਾਲ ਪਿੱਕ ਪਾਈ ਹੋਈ ਆ, ਪੂਰੇ ਬ੍ਰਾਂਡਿਡ ਸੂਟ ਰਹਿਣਗੇ ਅਤੇ ਪ੍ਰਾਈਸ 1100 ਫ੍ਰੀ ਸ਼ਿਪਿੰਗ ਦੇ ਨਾਲ। ਨੈਕਸਟ ਦਿੰਦੇ ਹਾਂ ਜੀ, ਇਹ ਹੈਗਾ ਇਹਦਾ ਘੇਰਾ ਬਾਰਡਰ, ਬਹੁਤ ਪਿਆਰਾ ਘੇਰਾ ਬਣਿਆ ਹੋਇਆ, ਸੈਲਫ ਪ੍ਰਿੰਟ ਦੀ ਤਰ੍ਹਾਂ ਬਣਿਆ ਹੋਇਆ ਪੀਸ ਆ। ਫਰੰਟ ਬੈਕ ਸਾਰੇ ਹੀ ਸੂਟ ਇਸ ਦੇ ਸੇਮ ਰਹਿਣਗੇ, ਜਿਨ੍ਹਾਂ ਦਾ ਫਰੰਟ ਵੀ ਆ ਬੈਕ ਵੀ ਆ। ਕਲਰ ਆਪਸ਼ਨ ਇਹ ਸਿਮਿਲਰ ਕਲਰ ਆ, ਕਿਸੇ ਵੀ ਏਜ ਵਾਸਤੇ ਨੇ ਜੇ, ਏਜ ਗਰੁੱਪ ਕੋਈ ਵੀ ਹੋਵੇ, ਹਰੇਕ ਏਜ ਵਾਸਤੇ ਅੱਜ ਦੇ ਸੂਟ ਨੇ। ਅਤੇ ਪ੍ਰਾਈਸ ਹੈਗਾ 1100, ਜਿਨ੍ਹਾਂ ਦੀ ਪੇਮੈਂਟ ਆਏਗੀ ਉਹਨਾਂ ਦੀ ਅਸੀਂ ਬੁਕਿੰਗ ਲਈ ਜਾਵਾਂਗੇ, ਹੋਲਡ 'ਤੇ ਕਿਸੇ ਦਾ ਸੂਟ ਨਹੀਂ ਜਾਏਗਾ ਜੀ। ਨੈੱਕ 'ਤੇ ਬਹੁਤ ਪਿਆਰਾ ਪ੍ਰਿੰਟ ਆ, ਅਤੇ ਹੈਗਾ ਘੇਰਾ ਪ੍ਰਿੰਟ। ਠੀਕ ਹੈ, ਫਰੰਟ ਬੈਕ ਸੇਮ ਘੇਰਾ ਪ੍ਰਿੰਟ ਰਹੇਗਾ। ਇਹ ਹੈਗਾ ਜੀ ਕੰਟਰਾਸਟ ਲੁੱਕ ਦੇ ਵਿੱਚ ਇਹਨਾਂ ਦੇ ਸ਼ਾਲ। ਇੱਦਾਂ ਰਹਿਣਗੇ ਜੀ ਕੰਟਰਾਸਟ ਇਹਨਾਂ ਦੇ। ਠੀਕ ਹੈ, ਇਹਦੀ ਫੋਟੋ ਆ ਗਈ, ਅਤੇ ਇਹ ਹੈਗਾ ਬਲੈਕ ਦੇ ਨਾਲ ਮੈਰੂਨ ਦਾ ਕੰਟਰਾਸਟ। ਠੀਕ ਹੈ ਜੀ, ਬਹੁਤ ਸੋਹਣੇ ਕਲਰ ਕੰਟਰਾਸਟ ਨੇ, ਅਤੇ ਪ੍ਰਾਈਸ ਵੀ ਬਹੁਤ ਘੱਟ ਆ, ਸਟੱਫ ਬਹੁਤ ਜ਼ਿਆਦਾ ਫਾਈਨ ਆ, ਡਿਜ਼ਾਇਨਿੰਗ ਬਹੁਤ ਸਾਰੀ ਆ, ਬਹੁਤ ਸਾਰੇ ਕਲਰ ਡਿਜ਼ਾਇਨ। ਇਹ ਹੈਗਾ ਜੀ ਕੌਫੀ ਕਲਰ 'ਤੇ, ਪ੍ਰਿੰਟ ਬਹੁਤ ਪਿਆਰਾ, ਬਹੁਤ ਸੋਹਣਾ ਪ੍ਰਿੰਟ ਹੈ, ਸਟੱਫ ਵੀ ਬਹੁਤ ਸੋਹਣਾ। ਇਹਨਾਂ 'ਚ ਕੋਈ ਸਿੰਥੈਟਿਕ ਟੱਚ ਨਹੀਂ ਹੈ। ਅਗਰ ਤੁਸੀਂ ਇੱਦਾਂ ਦੇ ਹੀ ਸੂਟ ਲੈਂਦੇ ਹੋ ਜੀ 500, 700, 800, 1000 ਦੇ ਵਿੱਚ, ਮਤਲਬ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਪੋਲੀਸਟਰ ਬਣਦੀ ਉਹਨਾਂ ਦੇ ਵਿੱਚ, ਸਿੰਥੈਟਿਕ ਹੁੰਦੇ ਨੇ। ਹੁਣ ਇਹ ਪਸ਼ਮੀਨਾ ਵੀ ਆ, ਤਾਂ ਇਹ ਵੀ ਪਿਓਰ ਗਰਮ ਦੇ ਵਿੱਚ, ਇਹਦੇ ਵਿੱਚ ਵੀ ਸਿੰਥੈਟਿਕ ਨਹੀਂ ਹੈਗਾ, ਇਹਨਾਂ ਗੱਲਾਂ ਦਾ ਫਰਕ ਪੈ ਜਾਂਦਾ। ਇਹ ਹੈਗੇ ਨੇ ਜੀ ਇਹਦੇ ਕਲਰ, ਬਲੈਕ ਸ਼ੇਡ ਆ। ਠੀਕ ਆ, ਅਤੇ ਬਲੈਕ ਦੇ ਵਿੱਚ ਸੱਤ ਦੋਨੋਂ ਹੀ ਖੋਲ ਹੋ ਗਏ, ਅਤੇ ਵਾਈਨ ਕਲਰ ਆ, ਨੇਵੀ ਬਲੂ ਕਲਰ ਆ ਜੀ, ਇਹਦੇ ਨਾਲ ਨੇਵੀ ਸਲਵਾਰ ਆ। ਇਹ ਹੈਗੇ ਨੇ ਡਿਜ਼ਾਇਨ ਇਸ ਸੂਟ ਦੇ, ਕਲਰ ਡਿਜ਼ਾਇਨ ਬਹੁਤ ਸੋਹਣਾ ਡਿਜ਼ਾਇਨ ਆ, ਕਾਫੀ ਕਲਰ 'ਤੇ ਬਣਿਆ ਹੋਇਆ, ਜਿੱਦਾਂ ਬਲੌਕ ਪੇਂਟਿੰਗ ਹੁੰਦੀ ਆ ਕੁਛ ਇੱਦਾਂ ਦਾ ਪ੍ਰਿੰਟ ਆ ਜੀ ਇਸ ਸੂਟ ਦਾ। ਫਰੰਟ ਬੈਕ ਸਾਰਾ ਹੀ ਸੂਟ ਇਹ ਤੁਹਾਨੂੰ ਪ੍ਰਿੰਟ ਮਿਲੇਗਾ, ਦੇਖੋ ਕਿੰਨਾ ਪਿਆਰਾ ਪੀਸ ਆ, ਬੈਕ ਵੀ ਸੇਮ ਆ। ਜਲਦੀ ਦਿਖਾਉਂਦੇ ਹੁੰਦੇ ਹਾਂ ਥੋੜ੍ਹੇ ਜਿਹੇ ਤੁਹਾਨੂੰ ਸੂਟ, ਕਿਉਂਕਿ ਕੋਈ ਅਸੀਂ 8, 10, 12, 15 ਸੂਟ ਤਾਂ ਨਹੀਂ ਪਾਉਣੇ ਹੁੰਦੇ ਸਾਡੇ ਕੋਲ ਸੂਟ ਹਮੇਸ਼ਾ ਹੀ, ਜੇ ਅਸੀਂ ਸੇਲ ਵੀ ਲਗਾਉਂਦੇ ਹਾਂ ਤਾਂ ਵੀ ਪੂਰੀ ਕੁਆਂਟਿਟੀ ਹੁੰਦੀ ਆ।
ਇਹ ਹੈਗੇ ਨੇ ਬਹੁਤ ਪਿਆਰੇ ਨੇਵੀ ਬਲੂ ਕਲਰ, ਬਲੈਕ, ਪਰਪਲ, ਅਤੇ ਇਹ ਆ ਜਾਂਦਾ ਜੀ ਗ੍ਰੀਨ ਸਟੋਨ 'ਤੇ। ਠੀਕ ਹੈ, ਨੈਕਸਟ ਦੇ ਰਹੇ ਹਾਂ। ਬਹੁਤ ਪਿਆਰੇ ਜੇ ਪੀਸ ਨੇ ਜੀ, ਬਹੁਤ ਸੋਹਣੇ ਸੂਟ। ਕਲਰ ਡਿਜ਼ਾਈਨ ਦੇਖੋ, ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ। ਜਿੱਦਾਂ ਫਰੰਟ ਬਣਿਆ ਵਾ ਉਹਦਾ ਉੱਦਾਂ ਹੀ ਬੈਕ ਹੁੰਦੀ ਆ, ਬਸ ਫਰੰਟ ਦੇ ਨਾਲ ਨੈੱਕ ਹੁੰਦਾ ਹੈ ਅਤੇ ਬੈਕ 'ਤੇ ਨੈੱਕ ਨਹੀਂ ਹੁੰਦਾ, ਇੰਨਾ ਕੀ ਫਰਕ ਹੁੰਦਾ। ਸ਼ਾਲ ਵੀ ਸਭ ਦੇ ਲੰਮੇ ਚੌੜੇ ਜਿਹੇ ਨੇ, ਮਤਲਬ ਬਹੁਤ ਜਿੰਨਾ ਕੁ ਆਪਾਂ ਸਰਦੀ 'ਚ ਲੈ ਸਕਦੇ ਹਾਂ। ਬਹੁਤੇ ਸ਼ਾਲ ਵੀ ਨਹੀਂ ਸਾਂਭ ਹੁੰਦੇ ਹੈਗੇ ਜੇ ਵੱਡੇ ਵੱਡੇ ਲਈ ਜਾਈਏ। ਇਹ ਹੈਗੇ ਨੇ ਕਲਰ ਆਪਸ਼ਨ, ਬਲੈਕ ਕਲਰ ਆ, ਬਲੂ ਆ, ਗ੍ਰੀਨ ਸ਼ੇਡ ਆ, ਠੀਕ ਆ, ਅਤੇ ਕੌਫੀ ਆ। ਕਲਰ ਬੇਸ਼ੱਕ ਸੇਮ ਨੇ ਪਰ ਹਰੇਕ ਪ੍ਰਿੰਟ ਨੇ ਕਲਰ ਦੀ ਲੁੱਕ ਚੇਂਜ ਕੀਤੀ ਹੋਈ ਆ। ਦੇਖੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ, ਬਹੁਤ ਸੋਹਣਾ ਪ੍ਰਿੰਟ ਆ। ਫਰੰਟਾਂ ਦੇ ਵਿੱਚ ਆਏਗਾ ਸਾਰੇ ਹੀ ਇੱਦਾਂ ਹੀ, ਫਰੰਟ ਬੈਕ ਨੇਵੀ ਬਲੂ ਜਾਂ ਸ਼ੇਡ ਆ। ਇਹ ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਜਾਂ ਫਿਰ ਸਟਿਚ ਕਰਵਾ ਕੇ ਪਾਉਣੇ ਆ, ਉਹ ਤੁਹਾਡੀ ਚੋਇਸ ਆ। 1100 ਦਾ ਸੂਟ ਪਏਗਾ ਜੀ ਤੁਹਾਨੂੰ ਇਹ। ਬਹੁਤ ਸੋਹਣੇ ਸੂਟ ਨੇ, ਬਹੁਤ ਸੋਹਣੇ। ਠੀਕ ਹੈ, ਕਲਰ ਆਪਸ਼ਨ ਦੇਖੋ। ਪਿੱਛੇ ਜੇ ਜਦੋਂ ਅਸੀਂ ਇੱਦਾਂ ਦੇ ਸੂਟ ਲੈ ਕੇ ਆਏ ਸੀ ਤਾਂ ਇੱਕ ਮੈਮ ਨੇ USA ਤੋਂ ਮਨੁੱਖਤਾ ਦੀ ਸੇਵਾ ਦੇ ਵਿੱਚ ਉਹਨਾਂ ਨੇ ਸਾਤੋਂ ਕਾਫੀ ਸਾਰੇ ਪਾਰਸਲ ਕਰਵਾਏ ਸੀਗੇ, ਮਤਲਬ ਇੱਕੋ ਹੀ ਲੋਟ ਦੇ ਵਿੱਚ ਅਸੀਂ ਕਾਫੀ ਸਾਰੇ ਸੂਟ ਭੇਜੇ ਸੀ। ਮਨੁੱਖਤਾ ਦੀ ਸੇਵਾ ਜਿੱਥੇ ਮਤਲਬ ਸੇਵਾ ਹੁੰਦੀ ਆ, ਅਤੇ ਉਹਨਾਂ ਦੇ ਬਹਾਨੇ ਨਾਲ ਅਸੀਂ ਵੀ ਪਾ ਦਿੰਦੇ ਹਾਂ ਜੀ ਤਿਲ ਫੁੱਲ ਜੋ ਸਾਤੋਂ ਸਰਦਾ ਹੈ। ਇੱਦਾਂ ਦੇ ਸੂਟ ਅਗਰ ਤੁਸੀਂ ਕਿਸੇ ਨੂੰ ਦਿੰਦੇ ਹੋ ਤਾਂ ਅਗਲਾ ਸਟਿਚ ਕਰਵਾ ਕੇ ਵੀ ਪਾਉਂਦਾ ਅਤੇ ਪੁੰਨ ਵੀ ਕਾਫੀ ਹੁੰਦਾ। ਇਹ ਬਹੁਤ ਸੋਹਣੇ ਸੋਹਣੇ ਜੇ ਕਲਰ ਕਲੈਕਸ਼ਨ, ਪ੍ਰਿੰਟ ਬਹੁਤ ਪਿਆਰੇ ਆ। ਇਹਨਾਂ ਦੀਆਂ ਜਿਹੜੀਆਂ ਸਲਵਾਰਾਂ ਅਤੇ ਸ਼ਾਲ ਨੇ ਉਹ ਕੰਟਰਾਸਟ ਵਿੱਚ ਰਹਿਣਗੇ, ਸ਼ਰਟ ਸਾਰਿਆਂ ਦੀ ਸੇਮ ਹੀ ਰਹੇਗੀ। ਇਹ ਰਹੇਗੀ ਜੀ ਇਹਦੀ ਸਲਵਾਰ, ਠੀਕ ਹੈ। ਇਹਦੇ ਵਿੱਚ ਇੱਕ ਕਲਰ ਤੁਹਾਨੂੰ ਪਿਸਤਾ ਅਤੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ, ਠੀਕ ਹੈ। ਕਲਰ ਪ੍ਰਿੰਟ ਦੇਖੋ ਜੀ, ਬਹੁਤ ਸੋਹਣੇ ਕਲਰ ਪ੍ਰਿੰਟ ਨੇ। ਨੇਵੀ ਬਲੂ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ, ਠੀਕ ਹੈ। ਬਲੈਕ ਅਤੇ ਵਾਟਰ ਗ੍ਰੀਨ ਅਤੇ ਪਰਪਲ, ਠੀਕ ਹੈ ਜੀ। ਇਹ ਸਾਰੇ ਡਿਜ਼ਾਈਨ ਨੇ, ਤੁਸੀਂ ਖੁਦ ਦੇਖ ਲਓ ਕਿੰਨੇ ਸਾਰੇ ਡਿਜ਼ਾਈਨ ਨੇ। ਮੈਂ ਵੀ ਇੱਕ ਮਿੰਟ ਲੱਗਦਾ ਹੋਣਾ ਮੈਨੂੰ
ਜਿੰਨੇ ਵੀ ਮੈਂ ਇਹ ਸਾਰਾ ਸੈੱਟ ਦਿਖਾਉਂਦੀ ਹਾਂ, ਇੱਕ ਮਿੰਟ ਤੋਂ ਸ਼ਾਇਦ ਪਹਿਲਾਂ ਹੀ ਨਾ ਦਿਖ ਜਾਵੇ, ਕਿਉਂਕਿ ਇੰਨੀ ਫਾਸਟ ਮੈਨੂੰ ਵੀਡੀਓ ਬਣਾਉਣੀ ਪੈਂਦੀ ਹੈ ਕਿ ਤੁਹਾਡਾ ਵੀ ਟਾਈਮ ਨਾ ਵੇਸਟ ਹੋਵੇ। ਇਹ ਸੂਟ ਬਣਿਆ ਹੋਇਆ ਜੀ ਇੱਦਾਂ, ਨੈਕ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ, ਬਹੁਤ ਸੋਹਣਾ ਪ੍ਰਿੰਟ ਆ, ਕਲੀ ਸਟਾਈਲ ਦੇ ਵਿੱਚ ਪ੍ਰਿੰਟ ਆ, ਅਤੇ ਕੰਟਰਾਸਟ ਹੈਗੇ ਨੇ ਇਹਨਾਂ ਦੇ ਸ਼ਾਲ, ਇਹ ਹੈਗੇ ਨੇ ਜੀ ਸ਼ਾਲ ਇਹਨਾਂ ਦੇ ਕੰਟਰਾਸਟ ਲੁੱਕ ਦੇ ਵਿੱਚ, ਠੀਕ ਹੈ। ਇਹਦੇ ਵਿੱਚ ਕਲਰ ਕੰਟਰਾਸਟ ਦੇਖ ਲਓ, ਨੇਵੀ ਬਲੂ ਦੇ ਨਾਲ ਮੈਰੂਨ ਸ਼ੇਡ ਦਾ ਕੰਟਰਾਸਟ ਹੈ, ਠੀਕ ਹੈ, ਗ੍ਰੀਨ ਦੇ ਨਾਲ ਇਹ ਰਾਣੀ ਜਿਹੇ ਸ਼ੇਡ ਦਾ ਬਹੁਤ ਸੋਹਣਾ, ਅਤੇ ਮਸਟਰਡ ਕਲਰ ਦੇ ਨਾਲ ਹੈਗਾ ਜੀ ਗ੍ਰੀਨ ਕਲਰ ਦਾ ਕੰਟਰਾਸਟ, ਠੀਕ ਹੈ। ਨੈਕਸਟ ਤੁਹਾਨੂੰ ਦਿੰਦੇ ਹਾਂ ਮੈਰੂਨ ਦੇ ਨਾਲ ਨੇਵੀ ਬਲੂ, ਗ੍ਰੇਸ਼ ਬਲੂ ਬਹੁਤ ਸੋਹਣਾ, ਅਤੇ ਇੱਕ ਤੁਹਾਨੂੰ ਦਿੰਦੇ ਹਾਂ ਅਸੀਂ, ਇਹ ਕਲਰ ਬਹੁਤ ਸੋਹਣਾ ਮਾਊਸੀਆ ਸ਼ੇਡ ਆ, ਅਤੇ ਇਹ ਹੈਗਾ ਜਿਹਨੂੰ ਮਿਲਟਰੀ ਦਾ ਸ਼ੇਡ ਬੋਲਦੇ ਨੇ, ਨਾਲ ਬਲੈਕ ਦਾ ਕੰਟਰਾਸਟ। ਨੈਕਸਟ ਦਿਖਾਉਂਦੇ ਹਾਂ ਜੀ ਬਿਲਕੁਲ ਨਵਾਂ ਪ੍ਰਿੰਟ, ਪ੍ਰਿੰਟ ਤਾਂ ਸਾਰੇ ਨਵੇਂ ਨੇ, ਇਹਦੇ ਕਲਰ ਵੀ ਨਵੇਂ ਹੋਣਗੇ। ਇਹਦਾ ਨੈਕ ਨਹੀਂ ਬਣਿਆ ਹੋਇਆ, ਸਿਰਫ ਘੇਰਾ ਅਤੇ ਬਾਜੂ, ਠੀਕ ਹੈ, ਫਰੰਟ ਘੇਰਾ ਅਤੇ ਬਾਜੂ ਸੇਮ, ਬੈਕ ਵੀ ਸੇਮ ਰਹੇਗੇ। ਸਲਵਾਰ ਹੈ ਜੀ ਨਾਲ ਇਹਨਾਂ ਦੇ 2.5 ਮੀਟਰ ਦੀਆਂ ਸਲਵਾਰਾਂ, ਅਤੇ ਨਾਲ ਹੈਗੇ ਨੇ ਇਹ ਸ਼ਾਲ ਐਦਾ, ਇਹਦੇ ਕਲਰ ਵੀ ਬਹੁਤ ਸੋਹਣੇ ਆ, ਇਹਦੇ ਕਲਰ ਆਪਸ਼ਨ ਆ, ਇਹ ਰਸਟੀ ਜਿਹਾ ਸ਼ੇਡ ਆ ਜਾਂਦਾ ਔਰੇਂਜ ਰਸਟੀ, ਠੀਕ ਹੈ, ਕਲਰ ਇੱਕ ਤੋਂ ਇੱਕ ਜਿਹੜਾ ਵੀ ਕਲਰ ਲੈਣਾ, ਲਾਈਟ ਪਰਪਲ। ਨੈਕਸਟ ਹੈਗਾ ਕਾਨੀ ਪ੍ਰਿੰਟ ਦੇ ਉੱਪਰ, ਬਹੁਤ ਸੋਹਣਾ ਜਿਹਾ ਡਿਜ਼ਾਈਨ, ਪਿਓਰ ਪਸ਼ਮੀਨੇ ਦੇ ਸੂਟ ਨੇ ਸਾਰੇ, 1100 ਪ੍ਰਾਈਸ ਦੇ ਨਾਲ ਨੇ ਜੀ, ਠੀਕ ਹੈ। ਡੇਲੀ ਕਲੈਕਸ਼ਨ ਸਾਡੀ 12 ਵਜੇ ਆਉਂਦੀ ਆ, 12 ਤੋਂ 12:30 ਦੇ ਵਿੱਚ ਕਈ ਵਾਰੀ ਵੀਡੀਓ ਅਪਲੋਡ ਹੋਣ ਨੂੰ ਟਾਈਮ ਲੱਗ ਜਾਂਦਾ, ਅਤੇ ਤਾਂ ਕਰਕੇ 12 ਤੋਂ 12:30 ਦੇ ਵਿੱਚ ਸਾਡੀ ਵੀਡੀਓ ਆਉਂਦੀ ਆ ਹਰ ਰੋਜ਼, ਅਤੇ ਨਵੀਂ ਨਵੀਂ ਤੁਹਾਨੂੰ ਦਿੰਦੇ ਹਾਂ ਜੀ ਕਲੈਕਸ਼ਨ। ਦੇਖੋ ਜੀ ਸੂਟ, ਬਹੁਤ ਪਿਆਰਾ ਸੂਟ ਆ, ਬਹੁਤ ਸੋਹਣਾ, ਦੇਖੋ ਕਿੰਨਾ ਸੋਹਣਾ ਸੂਟ ਆ। ਇਹਦੇ ਵਿੱਚ ਤੁਹਾਨੂੰ 2 ਹੀ ਕਲਰ ਮਿਲਣਗੇ, ਨਵਾਂ ਪ੍ਰਿੰਟ ਆ ਬਿਲਕੁਲ, ਇਹ 'ਚ ਵੀ ਤੁਹਾਨੂੰ 2 ਹੀ ਕਲਰ ਮਿਲਣਗੇ, ਦੇਖੋ ਜੀ ਸੂਟ ਬਹੁਤ ਪਿਆਰਾ ਪੀਸ ਆ, ਬਹੁਤ ਸੋਹਣੀ ਜੀ ਕਲੈਕਸ਼ਨ ਆ, ਸ਼ਾਲਾਂ ਦੇ ਨਾਲ ਇਹਦੇ ਵੀ ਸੈਕਿੰਡ ਕਲਰ ਆਪਸ਼ਨ। ਇੱਕ ਤੁਹਾਨੂੰ ਮਿਲ ਜਾਏਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ, ਕਲਰ ਪ੍ਰਿੰਟ ਬਹੁਤ ਪਿਆਰਾ, ਬਹੁਤ ਪਿਆਰਾ। ਇਹ ਹੈਗੀ ਸਲਵਾਰ,
ਅਤੇ ਇਹ ਹੈਗਾ ਦੁਪੱਟਾ। ਦੇਖੋ ਕਿੰਨਾ ਸੋਹਣਾ ਪ੍ਰਿੰਟ ਆ, ਫੁੱਲ ਗਰਲਿਸ਼ ਲੁੱਕ ਦਾ ਸੂਟ ਹੈ। ਆਫਿਸ ਵੀਅਰ ਕਰ ਸਕਦੇ ਹੋ, ਜਿਨ੍ਹਾਂ ਨੇ ਡੇਲੀ ਪਾਉਣੇ ਹੁੰਦੇ ਹੋ ਉਹਨਾਂ ਨੂੰ ਹਰ ਰੋਜ਼ ਕੱਪੜੇ ਚਾਹੀਦੇ ਹੁੰਦੇ ਆ। ਠੀਕ ਹੈ, ਇਹ ਹੈਗੇ ਨੇ ਜੀ ਇਹਦੇ ਵਿੱਚ ਕਲਰ, ਅਤੇ ਦੋ ਤਿੰਨ ਪੀਸ ਜਿਹੜੇ ਸਾਡੇ ਕੋਲ ਹੈਗੇ ਆ ਮੈਂ ਤੁਹਾਨੂੰ ਉਹ ਦਿਖਾਉਂਦੀ ਹਾਂ। ਬਲੈਕ ਕਲਰ ਆ, ਬਹੁਤ ਪਿਆਰਾ ਜਿਹਾ ਪੀਸ। ਬਹੁਤ ਸਾਰੀਆਂ ਫੋਟੋ ਸੀਗੀਆਂ ਇਹਨਾਂ ਸੂਟਾਂ ਦੀਆਂ ਸਾਡੇ ਕੋਲ, ਸਾਰੀ ਵੀਡੀਓ ਕਲੀਅਰ ਸੀਗੀ ਜਦੋਂ ਅਸੀਂ ਇੱਦਾਂ ਦੇ ਪਹਿਲਾਂ ਸੂਟ ਪਾਏ ਹਾਂ। ਇਹ ਸਿੰਗਲ ਸਿੰਗਲ ਸੂਟ ਪਿਆ ਜਿਹੜਾ, ਉਹ ਦਿਖਾ ਰਹੀ ਹਾਂ ਮੈਂ ਤੁਹਾਨੂੰ। ਠੀਕ ਹੈ ਜੀ, ਪ੍ਰਾਈਸ ਹੈਗਾ ਸੂਟ ਦਾ, ਇਹ ਸੂਟ ਅਗਰ ਤੁਸੀਂ ਲੈਣਾ ਨਾ, ਮੈਂ ਤੁਹਾਨੂੰ ਦਿਖਾਉਂਦੀ ਇਹਦਾ ਇਹ ਧਾਗਾ ਇੱਕ ਥੋੜ੍ਹਾ ਜਿਹਾ ਇੱਧਰ ਉੱਧਰ ਹੋਇਆ ਹੋਇਆ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਪੈਸ ਲਾ ਕੇ ਭੇਜਾਂ ਉਹਦੇ ਤੋਂ ਅਤੇ ਫਿਰ ਦੁਬਾਰਾ ਵਾਪਿਸ ਮੇਰੇ ਕੋਲ ਆਵੇ। ਅਗਰ ਕਿਸੇ ਨੂੰ ਪਸੰਦ ਆ ਸੂਟ, ਸੂਟ ਬਹੁਤ ਸੋਹਣਾ, ਤਾਂ ਜਸਟ ਇੰਨਾ ਕੁ ਥਰੈਡ ਹੈ, ਇਹ ਥੋੜ੍ਹਾ ਜਿਹਾ ਖਿੱਚਿਆ ਹੋਇਆ ਇੱਧਰ ਉੱਧਰ ਹੋਇਆ ਹੋਇਆ, ਇਹ ਹੋਰ ਕੋਈ ਇਹ 'ਚ ਡਿਫੈਕਟ ਨਹੀਂ ਹੈਗਾ। ਇਹਦਾ ਕਲਰ ਕੰਟਰਾਸਟ ਹੈ ਅਤੇ ਇਹ ਹੈਗਾ ਜੀ ਨੈਕਸਟ ਲਾਸਟ ਪੀਸ, ਕਲਰ ਵੀ ਬਹੁਤ ਸੋਹਣਾ ਅਤੇ ਡਿਜ਼ਾਇਨ ਵੀ ਬਹੁਤ ਸੋਹਣਾ। ਠੀਕ ਹੈ ਜੀ, ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ। ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ।